ਦੋਸਤੋ, ਕਾਫੀ ਟਾਈਮ ਤੋਂ ਨੈਬ ਤਹਿਸੀਲਦਾਰ ਦੇ ਇਗਜ਼ਾਮ ਡੇਟ ਦੀ ਆਪਾਂ ਵੇਟ ਕਰ ਰਹੇ ਸੀ। ਹੁਣ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, 22/5/2022 ਸੰਡੇ ਨੂੰ ਤੁਹਾਡਾ ਇਗਜ਼ਾਮ ਹੋਵੇਗਾ ਅਤੇ 12 ਤੋਂ ਲੈ ਕੇ 2 ਦੀ ਸ਼ਿਫਟ ਵਿੱਚ ਤੁਹਾਡਾ ਇਗਜ਼ਾਮ ਇਹ ਕੰਡਕਟ ਹੋ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਹੋ, ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਉੱਪਰ ਜਾਣਾ ਹੈ ppsc.gov.in, ਜਿਸ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ। ਇਸ 'ਤੇ ਜਾ ਕੇ ਤੁਸੀਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ। ਇਹ ਐਡਮਿਟ ਕਾਰਡ ਤੁਸੀਂ 7/5/2022 ਤੋਂ ਬਾਅਦ ਡਾਊਨਲੋਡ ਕਰ ਸਕਦੇ ਹੋ ਅਤੇ ਰਜਿਸਟ੍ਰੇਸ਼ਨ ਨੰਬਰ, ਆਪਣੇ ਪਾਸਵਰਡ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਦੋਂ ਪੋਰਟਲ 'ਤੇ ਤੁਸੀਂ ਫਿਲ ਕਰੋਗੇ ਤਾਂ ਈਜ਼ਲੀ ਤੁਹਾਡਾ ਐਡਮਿਟ ਕਾਰਡ ਡਾਊਨਲੋਡ ਹੋ ਜਾਵੇਗਾ। ਇੱਕ ਗੱਲ ਹੋਰ ਦੋਸਤੋ, ਇਸ ਇਗਜ਼ਾਮ ਦੇ ਰਿਗਾਰਡਿੰਗ ਕੁਝ ਇੰਪੋਰਟੈਂਟ ਕੁਐਸਚਨਸ ਮੈਂ ਤੁਹਾਨੂੰ ਹੁਣੇ ਪ੍ਰੋਵਾਈਡ ਕਰਵਾਵਾਂਗਾ। ਕਿਰਪਾ ਕਰਕੇ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖ ਲਿਓ, ਕਿਉਂਕਿ ਜੇ ਇਹ ਵੀਡੀਓ ਦੇਖ ਲਓਗੇ ਤਾਂ ਕਮ ਤੋਂ ਕਮ ਤੁਹਾਡੇ 10 ਨੰਬਰ ਇਗਜ਼ਾਮ ਦੇ ਪੱਕੇ ਹੋ ਕਨਫਰਮ ਹੋ ਜਾਣਗੇ। ਇਹ ਕੁਝ ਇੰਪੋਰਟੈਂਟ ਕੁਐਸਚਨ ਨੇ ਜੋ ਹਰ ਇਗਜ਼ਾਮ ਵਿੱਚ ਬਾਰ ਬਾਰ ਪੁੱਛੇ ਜਾਂਦੇ ਨੇ, ਇਸ ਕਰਕੇ 10 ਨੰਬਰਾਂ ਦਾ ਪੇਪਰ ਜੇ ਤੁਸੀਂ ਕਨਫਰਮ ਕਰਨਾ ਚਾਹੁੰਦੇ ਹੋ ਤਾਂ 2-3 ਵੀਡੀਓ ਪ੍ਰੋਵਾਈਡ ਕਰਾਵਾਂਗਾ। ਕਮ ਤੋਂ ਕਮ 50-50 ਕੁਐਸਚਨਸ ਰਿਗਾਰਡਿੰਗ, ਮਤਲਬ ਕਿ ਹਰ ਵੀਡੀਓ ਵਿੱਚ 50 ਕੁਐਸਚਨ ਇੰਕਲੂਡ ਹੋਣਗੇ, 1-liner ਕੁਐਸਚਨ ਹੋਣਗੇ, ਉਹਨਾਂ ਨੂੰ ਵਿਜ਼ਿਟ ਕਰ ਲਿਓ ਅਤੇ ਚੰਗੀ ਤਰ੍ਹਾਂ ਰਾਈਟ ਡਾਊਨ ਕਰਕੇ ਯਾਦ ਕਰ ਲਿਓ। ਓਕੇ ਦੋਸਤੋ, ਐਂਡ ਇਸ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਤੁਸੀਂ ਲੈਣੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਸਕਦੇ ਹੋ ਐਂਡ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਲਿਓ।